मैं थोड़ा हरजाप हरेक मंडे सत बजे तुसी तो मैं आपस में गल्ला करांगे साड़ी कम्यूनिटी दियां साड़े बच्चों दियां साड़े बाहर रहिंदे एन आर आई दियां साड़े देश दियां तो जो अजकल दे इशू हैगे सानू अफेक्ट कर दे उन्हां दियां सो लेट्स टॉक विद हरजाप ਚਲੋ ਦੇਖਦੇ ਹਾਂ ਕਿ ਕਿਹਨੇ ਕਿਹਨੇ ਬਣਾਈਆਂ ਜੋੜੀਆਂ ਜੀ ਅਤੇ ਸਾਡੀ ਗੱਲ ਚੱਲ ਰਹੀ ਸੀ ਮੈਰਿਜ ਦੀ ਗੱਲ ਸਾਡੇ ਨਾਲ ਗੁਰਪ੍ਰੀਤ ਨਾਲ ਅਤੇ ਕਿਰਨ ਨਾਲ ਹੋ ਰਹੀ ਸੀ ਪਹਿਲਾਂ ਤਾਂ ਕਿਰਨ ਮੈਨੂੰ ਈਮੇਲ ਆਇਆ ਕਹਿੰਦੇ ਕਿਰਨ ਨੂੰ ਪੁੱਛ ਕਿਰਨ ਨੂੰ ਰੋਟੀ ਬਣਾਉਣੀ ਆਉਂਦੀ ਆ ਉਹ ਪਤਾ ਨਹੀਂ ਕੋਈ ਆਪਣੇ ਪੁੱਤ ਲਈ ਦੇਖ ਰਿਹਾ ਪਤਾ ਨਹੀਂ ਤੂੰ ਬਣਾ ਲੈਣੀ ਰੋਟੀ ਉੱਤੇ ਨਹੀਂ ਜਿਹੜਾ ਜਿਹੜਾ ਨਹੀਂ ਚਲੋ ਦਾਲ ਦੂਲ ਤਾਂ ਛੱਡੋ ਤੂੰ ਕੰਪਲੈਕਸ ਚੀਜ਼ਾਂ ਬਣਾ ਲੈਂਦੀ ਜਿੱਦਾਂ ਜਿੱਦਾਂ ਕਰੇਲੇ ਐਂਡ ਟਿੰਡੇ ਨੂੰ ਦਾ ਜਿੱਦਾਂ ਓਨੈਸਟਲੀ ਮੈਨੂੰ ਕਰੇਲੇ ਟਿੰਡੇ ਨਹੀਂ ਆਉਂਦੇ ਅੱਛਾ ਬਾਕੀ ਕੁਝ ਆਉਂਦਾ ਸਾਗ ਨਹੀਂ ਆਉਂਦਾ ਚਲ ਸਾਗ ਨਹੀਂ ਆਉਂਦਾ ਨਾ Should I tell you why? Sounds hard. No, should I tell you why? It's hard. Time my, like my time nanny like. Makes the most amazing sog, but my mom doesn't make sog. No. So I don't make sog. I've never learned to make sog. Do you know when mom used to make roti, sabji, dal, you know, mom would say to me, no, gobi, gobi bana lani hai, gobi gajna vagaira, bangan. Mom would say to me, tu itte khadi reh, gana padan pehna, tu likh la sara kuch jo main kar diya, tu sikh la, and then next week you make it yourself. That's how I learn. So it's good. Yeah. So hold on. So hon chalo kisi ne puchha to aa dekho. ਸੋ ਘਰ ਦਾ ਕੰਮ ਵੀ ਤੁਸੀਂ ਕਰ ਲੈਂਦੇ ਹੂਬਰ ਤਾਂ ਫੇਰ ਹੀ ਲੈਂਦੀ ਹੋਣੀ ਆ ਭਾਂਡੇ ਭੁੰਡੇ ਮਾਂ ਚੱਲ ਰਹਿੰਦਾ ਬਹੁਤ ਆ ਹੋਰ ਹੁਣ ਕੀ ਕਰਾਂ ਕੀ ਲੋਕ ਪੁੱਛਣ ਡਿਓ ਮੈਂ ਪੁੱਛਣਾ ਤਾਂ ਮੇਰਾ ਫਰਜ਼ ਹੈ ਗੁਰਦੀਪ ਕੌਰ ਨੇ ਸਾਨੂੰ ਗੁਰਦੀਪ ਕੌਰ ਭੈਣ ਜੀ ਨੇ ਈਮੇਲ ਭੇਜਿਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇਰੇ ਬਾਰੇ ਵੀ ਭੇਜੇ ਕਈ ਉਹ ਵੀ ਪੜ੍ਹਦੇ ਹਾਂ ਸਰ ਹੁਣ ਉਹੀ ਗੱਲ ਕਰ ਰਹੇ ਸੀ ਕਿ ਮੈਂ ਵੀ ਗੋਟ ਮੈਸੇਜ ਔਨ ਫੇਸਬੁੱਕ ਐਸ ਵੈਲ ਹੈਨਾ ਕਿ ਅੱਜ ਕੱਲ੍ਹ ਜੋ ਕੁੜੀਆਂ ਹੈਗੀਆਂ ਉਹਨਾਂ ਕੋਲ ਉਹ ਇਹੀ ਨਹੀਂ ਕਿ ਘਰ ਬਹਿ ਕੇ ਉਹ ਰੋਟੀ ਬਣਾਉਣ ਤਾਂ ਨਿਆਣੇ ਡਿਲੀਵਰ ਕਰਨ ਕਿਉਂ ਅੱਜ ਕੱਲ੍ਹ ਉਹ ਪੜ੍ਹਦੀਆਂ ਵੀ ਹੈਗੀਆਂ ਤਾਂ ਪੜ੍ਹਾਉਂਦੇ ਵੀ ਉਹਨਾਂ ਦੇ ਮਾਂ ਪਈ ਆ ਸਰ ਤੁਹਾਡੇ ਮਾਂ ਪੇ ਨੇ ਓਬਵੀਅਸਲੀ ਤੁਹਾਨੂੰ ਪੜ੍ਹਾਇਆ ਕਿ ਤੁਹਾਨੂੰ ਵਧਾਈਆਂ ਦੇ ਦਈਏ ਤੁਸੀਂ ਪਾਸ ਹੋ ਗਏ ਫਰਾਈਡੇ ਸਰ ਲਾਅ ਕਰ ਗਏ ਐਲ ਐਲ ਬੀ ਦੇਖਿਆ ਹਾਂਜੀ ਤੇ ਇਹਦੇ ਵਿੱਚੋਂ ਸਰ ਪਹਿਲਾਂ ਵਧਾਈਆਂ ਅਕਾਊਂਟੈਂਟ ਬੈਠੇ ਇੱਧਰ ਹਾਂਜੀ ਅਕਾਊਂਟੈਂਟ ਵਕੀਲ ਇੱਥੇ ਵਕੀਲ ਨਾਮ ਉਹਦੇ ਅਕਾਊਂਟੈਂਟ ਕੋਲ ਕੁਛ ਨਹੀਂ ਲੈ ਲੈ ਪੁੱਛ ਲਾ ਕਿਸੇ ਵੀ ਸਿਆਣੀ ਆਂਟੀ ਨੂੰ ਪੁੱਛ ਲਾ ਕਿਉਂਕਿ ਵਕੀਲ ਵਕੀਲ ਮੁੰਡਾ ਦੂਜਾ ਤਾਂ ਕੌਂਟੈਂਟ ਹੈ ਧੀਏ ਵਕੀਲ ਸਾਨੂੰ ਪਸੰਦ ਆ ਤੇਰੇ ਕਾਰਨ ਤੇਰੇ ਕਾਰਨ ਇਹ ਤਾਂ ਲੋਕ ਤਾਂ ਕਹਿੰਦੇ ਕਿ ਵਕੀਲ ਹਰਜਾਪ ਲਾ ਲਓ ਵਾਂਜੋ ਹਰਜਾਪ ਮਾਂਜਾ ਹਾਂ ਹਰਜਾਪ ਮਾਂਜਾ ਮੈਂ ਅੱਛਾ ਮੈਂ ਉਹ ਗੱਲ ਪਤਾ ਦੱਸਦਾ ਮੈਂ ਕਿਸੇ ਨੂੰ ਤਿੰਨ ਕੁੜੀਆਂ ਦਿਖਾ ਲਿਆ ਹੈਨਾ ਤਾਂ ਦੱਸੀਆਂ ਦੱਸ ਪਾਈਆਂ ਹਰਜਾਪ ਬਚੁੱਲਾ ਸਰ ਨਹੀਂ ਤਾਂ ਮੈਂ ਕਿਹਾ ਚਲੋ ਦੇਖ ਰਿਹਾ ਜਦੋਂ ਮੈਂ ਉਹਦੇ ਮੰਮੀ ਡੈਡੀ ਨੂੰ ਦੱਸਿਆ ਨਾ ਕਿ ਆਹ ਇੱਕ ਕੁੜੀ ਵਕੀਲ ਨਹੀਂ ਹੈਗੇ ਉਹ ਤਾਂ ਬਾਕੀ ਤੂੰ ਤਾਂ ਵਿਚਾਰੀਆਂ ਜਿੱਦਾਂ ਰਿਜੈਕਟ ਹੀ ਹੋ ਗਈ ਵਕੀਲ ਨਹੀਂ ਉਹ ਤਾਂ ਜਾਂ ਵਕੀਲ ਨਹੀਂ ਦਿਖਾ ਲਾ ਦੂਜੇ ਦੇ ਪੁਆਇੰਟ ਆਮ ਕਮਿੰਗ ਟੂ ਬਟ ਅ ਪੁਆਇੰਟ ਇਹ ਆ ਕਿ ਕੁੜੀਆਂ ਪੜ੍ਹੀਆਂ ਲਿਖੀਆਂ ਐਂਡ ਪੈਸੇ ਜ਼ਿਆਦਾ ਕਮਾਉਣੀਆਂ ਅ ਲੋਟ ਆਫ ਦਮ ਅ ਲੋਟ ਆਫ ਦਮ ਡੂ ਸਾਰੀਆਂ ਨਹੀਂ ਪਰ ਅ ਲੋਟ ਆਫ ਦਮ ਪੈਸੇ ਜ਼ਿਆਦਾ ਕਮਾਉਣੀਆਂ ਹੈ ਦੈਨ ਮੁੰਡਿਆਂ ਤੋਂ ਸੋ ਘਰ ਦਾ ਕੰਮ ਵੀ ਕਰਨਾ ਬੱਚੇ ਵੀ ਪਾਲਣ ਉਹ ਮੁੰਡਾ ਕਹੇ ਮੈਂ ਤਾਂ ਵੀ ਨਾਪੀ ਵੀ ਨਹੀਂ ਲਾਉਣੀ ਅਤੇ ਮੈਂ ਤਾਂ ਬਈ ਰੋਟੀ ਵੀ ਨਹੀਂ ਪਕਾਉਣੀ ਯਾਰ ਹੈਲਪ ਵੀ ਨਹੀਂ ਕਰਨੀ ਕਿ ਮੈਂ ਤਾਂ ਘਾਹ ਵੀ ਨਹੀਂ ਕੱਟਣਾ ਸਾਰਾ ਕੁਛ ਕੁੜੀ ਕਰੇ ਅੱਜ ਕੱਲ ਦੇ ਜ਼ਮਾਨੇ ਵਿੱਚ ਔਰਤ ਕੀ ਕਰੇ ਜ਼ਿਆਦਾ ਨਹੀਂ ਕੁਛ ਐਕਸਪੈਕਟ ਕਰ ਰਹੇ ਔਰਤਾਂ ਤੋਂ ਦਿਸ ਇਜ਼ ਵਾਟ ਮਾਈ ਫਰੈਂਡ ਜਸਟ ਮੈਸੇਜ ਮੀ ਐਸ ਵੈਲ ਐਂਡ ਸ਼ੀ ਸੈਡ ਮੇਕ ਸ਼ੋਰ ਯੂ ਸੇ ਦੈਟ ਯੂ ਨੋ ਜੇ ਜਦ ਮੁੰਡਾ ਐਂਡ ਕੁੜੀ ਦੋਨੋਂ ਹੀ ਕੰਮ ਕਰਦੇ ਆ ਰਾਈਟ ਕੁੜੀ ਦ ਵੁਮਨ ਹੈਜ਼ ਟੂ ਕਮ ਹੋਮ ਫਿਰ ਪਹਿਲਾਂ ਤਾਂ ਸਾਰਿਆਂ ਨੂੰ ਖਿਲਾਉਣਾ ਆ ਰਾਈਟ ਆਫਟਰ ਦੈਟ ਭਾਂਡੇ ਵੀ ਧੋਏ ਯੂ ਨੋ ਇਨ ਦ ਕਾਊਂਟਰਸ ਇਨ ਦ ਫਲੋਰ ਐਵਰੀਥਿੰਗ ਸਾਰਾ ਕੁਛ ਕਲੀਨ ਕਲੂਨ ਕਰਕੇ ਦੇ ਐਂਡ ਦੈਨ ਆਫਟਰ ਦੈਟ ਹਸਬੈਂਡ ਦੀ ਮਾਲਿਸ਼ ਕਰੇ ਹਸਬੈਂਡ ਦੀ ਦਿਸ ਕਰੇ ਮਾਲਿਸ਼ ਤਾਂ ਅੱਜ ਕੱਲ ਕੋਈ ਨਹੀਂ ਕਰ ਸਕਦਾ ਜੇ ਤੁਹਾਡੀ ਮਾਲਿਸ਼ ਹੋ ਰਹੀ ਹੈ ਘਰ ਵਾਲੀ ਤਾਂ ਤੁਸੀਂ ਬਹੁਤ ਤੁਹਾਡੀ ਬਹੁਤ ਲੱਕੀ ਹੈ ਥੱਕ ਤਾਂ ਜਾਂਦੀ ਹੈ ਯੂ ਨੋ ਸ਼ੀ ਇਜ਼ ਆਊਟ ਦੇ ਵਰਕਿੰਗ ਡੂਇੰਗ ਦ ਸੇਮ ਜੌਬਸ ਐਸ ਅ ਮੇਲ ਐਂਡ ਦ ਮੇਬੀ ਇਵਨ ਨਹੀਂ 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 ਇਟ ਇਜ਼ ਸਟਿਲ ਵੈਰੀ ਹਾਰਡ ਨਹੀਂ ਮੈਂ ਮੰਨਦਾ ਕਈਆਂ ਲਈ ਆਮ ਨਾ ਫਿਨਿਸ਼ ਯਟ ਅੱਛਾ ਵਕੀਲਾਂ ਨੂੰ ਬੋਲਣ ਦੇ ਅਕਾਊਂਟੈਂਟ ਇਹ ਨਾ ਹੋਵੇ ਨਾ You know, yeah, a lot of women nowadays that they are working hard and they are earning maybe a little bit more, if you know, than men and stuff. But HJV, it's still very, very difficult for women to maintain that status and role in society because HJV, we still look down upon. But then we come home and the biggest problem is in the home because we're being looked down upon by our husbands, by our prospective husbands. ਮੈਂ ਤਾਂ ਇਹ ਕਹਿਣਾ ਸੀ ਕਿ ਕਈ ਫਾਇਦੇ ਹੈਗੇ ਨੇ ਜੁਆਇੰਟ ਫੈਮਿਲੀ ਵਿੱਚ ਰਹਿਣ ਦੇ ਐਂਡ ਵਨ ਆਫ ਦ ਫੇਅਰ ਇਸ ਥਿੰਗ ਜੁਆਇੰਟ ਫੈਮਿਲੀ ਇਜ਼ ਕਿ ਤੁਹਾਡੀ ਮਾਂ ਹੁੰਦੀ ਹੈ ਜਿਹੜੀ ਇਫ ਸ਼ੀ ਇਜ਼ ਨਾਟ ਵਰਕਿੰਗ
ਉਹ ਕਰੇ ਉਹਨੇ ਆ ਕੰਮ ਬਾਤ ਉਹ ਕਰ ਠੀਕ ਹੈ ਹਾਂ ਇੱਕ ਮਿੰਟ ਅੰਠੂਠੀ ਘਰ ਵਾਲੇ ਨਹੀਂ ਤੁਸੀਂ ਨਾ ਢੱਡ ਹਲਾਇਓ ਬੰਦੇ ਯਾਨੀ ਪਹਿਲਾਂ ਮਾਂ ਕਰਦੀ ਰਹੇ ਘਰ ਵਾਲੀ ਨਹੀਂ ਮੇਰਾ ਕਹਿਣ ਦਾ ਮਤਲਬ ਨਹੀਂ ਨਿਆਣੇ ਅਗਰ ਦੋਨੋਂ ਕੰਮ ਤੇ ਨੇ ਰਾਈਟ ਹੁਣ ਅਗਰ ਹੁਣ ਤੁਹਾਡੇ ਨਿਆਣੇ ਵੀ ਗਾਂਹ ਹੋ ਜਾਂਦੇ ਨੇ ਹੁਣ ਬੇਬੀ ਸਿੱਟ ਰੱਖਦੇ ਲੋਕ ਜਾਂ ਉਧਰ ਛੱਡ ਕੇ ਆਉਂਦੇ ਉਧਰ ਛੱਡ ਕੇ ਆਉਂਦੇ ਕਿ ਦਾਦਾ ਦਾਦੀ ਚਾਹੁੰਦੇ ਨੇ ਕਿ ਅਸੀਂ ਨਿਆਣੇ ਨਾਲ ਖੇਡੀਏ ਦਾਦਾ ਦਾਦੀ 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 85 ਦੇ ਹੋ ਗਏ ਹੁਣ ਉਹਨਾਂ ਤੋਂ ਨਾਪੀਆਂ ਹੀ ਲਾਉਣੀਆਂ ਵਿਚਾਰੀਆਂ ਤੋਂ ਹੋਰ ਕੋਈ ਉਹਨੂੰ ਰਿਲੈਕਸ ਨਾ ਕਰ ਲਿਓ ਦਾਦਾ ਦਾਦੀ ਅਸੀਂ ਪਹਿਲਾਂ ਤੁਹਾਡੇ ਮੰਮੀ ਡੈਡੀਆਂ ਨੂੰ ਪਾਲਣ ਫਿਰ ਤੁਹਾਨੂੰ ਪਾਲਣ ਤੇ ਕਹਾ ਤੁਹਾਡੇ ਨਿਆਣੇ ਨੂੰ ਨਹੀਂ ਹੁੰਦਾ ਪਿਆਰ ਹੁੰਦਾ ਨਿਆਣੇ ਦਾ ਪਿਆਰ ਹੁੰਦਾ ਲਗਨ ਹੁੰਦਾ ਸਾਡਾ ਜਨਰੇਸ਼ਨ ਵੀ ਯੰਗ ਵੀ ਫਿਟ ਵੀ ਆਰ ਲੋਟ ਮੋਰ ਮੋਬਾਈਲ ਦੈਨ ਓਲਡ ਜਨਰੇਸ਼ਨ ਨਾਲੇ ਤੂੰ ਕਹਿੰਦੀ ਮੈਂ ਕਰੇ ਜਾ ਕੇ ਕੰਮ ਨਹੀਂ ਕਰਨਾ ਹੁਣ ਮੈਂ ਮਾਂ ਤੇ ਨਹੀਂ ਨਹੀਂ ਨਾਲੇ ਤੂੰ ਕਹਿੰਦੀ ਮੈਂ ਕੰਮ ਨਹੀਂ ਕਰਨਾ ਠੀਕ ਹੈ ਮੈਂ ਆਪਣੀ ਮਾਂ ਤੋਂ ਕੰਮ ਕਰਾਂਗਾ ਫਿਰ ਵੀ ਨਹੀਂ ਕਰਦਾ ਖੁਸ਼ ਤੂੰ ਕਿੱਥੇ ਆ ਹਾਂ ਨਹੀਂ ਫਸਿਆ ਤਾਂ ਤੂੰ ਆ ਮੇਰਾ ਵੀਰ ਬਹੁਤ ਫਸ ਗਿਆ ਕੋਈ ਬੰਦਾ ਰੱਖੀਏ ਹੁਣ ਨਹੀਂ ਹੁਣ ਬੰਦਾ ਰੱਖੀਏ ਕਰੇ ਦਿਸ ਇਜ਼ ਵਾਟ ਸੇਇੰਗ ਜਦ ਤੁਸੀਂ ਮੁੜ ਕੇ ਕੰਮ ਕਰਨ ਨੂੰ ਆਉਂਦੇ ਆ ਕੰਮ ਤੋਂ ਰਹਿ ਹਾਊ ਕੈਨ ਯੂ ਐਕਸਪੈਕਟ ਯੋਰ ਮਮਸ ਟੂ ਡੂ ਸਮਥਿੰਗ ਵੈਨ ਯੂ ਦ ਵਾਈਫ ਤੇ ਮੁੰਡਾ ਵੀ ਕੰਮ ਕਰਦਾ ਯਾ ਮੁੰਡਾ ਤਾਂ ਕੁਝ ਕਰਦਾ ਵੀ ਨਹੀਂ ਹੈ ਕੰਮ 9 ਤੋਂ 5 ਵਜੇ ਹੋਮ ਦਿਸ ਇਜ਼ ਵਾਟ ਆਮ ਟ੍ਰਾਈਂਗ ਟੂ ਸੇ ਕੀ ਕਰਦਾ ਇੱਕ ਮਿੰਟ ਅਗਰ ਕੁੜੀ ਕਹੇ ਕਿ 5 ਵਜੇ ਤੋਂ ਬਾਅਦ ਮੈਂ ਨਹੀਂ ਰੋਟੀ ਪਕਾਉਣੀ ਤਾਂ ਮੁੰਡਾ ਕਾ ਤੋਂ ਪਕਾਵੇ ਅਗਰ ਉਹ ਵੀ ਕੰਮ ਤੋਂ ਆਇਆ 9 ਤੋਂ 5 ਵਜੇ ਆ ਮੁੰਡਾ ਕਹੇ ਯੂ نو ਵਾਟ ਯੂ ਆਰ ਟਾਇਰਡ ਅੱਜ ਮੈਂ ਪਕਾਉ ਟੁਮਾਰੋ ਤੂੰ ਤੁਸੀਂ ਨਹੀਂ ਤੁਹਾਨੂੰ ਫਿਸ਼ ਐਂਡ ਚਿਪਸ ਲੜਦੇ ਆ ਜਦੋਂ ਬਾਕੀ ਕੰਮ ਮੈਂ ਇੱਕ ਮਿੰਟ ਮੈਂ ਤਾਂ ਰੋਟੀ ਖਾਂਦੇ ਨਹੀਂ ਮੈਂ ਤਾਂ ਚੌਲ ਖਾਂਦਾ ਚੌਲ ਮੈਂ ਆਪਦੇ ਆਪ ਬਣਾ ਕੇ ਖਾ ਲੈਂਦਾ ਮੈਂ ਰੋਟੀ ਚੌਲਾ ਚੌਲਾ ਨਹੀਂ 20 ਮਿੰਟਸ ਟੂ ਮੇਕ ਨਹੀਂ ਮੈਂ ਬਰਾਊਨ ਬਣਾਉਣਾ ਮੈਂ ਬਰਾਊਨ 40 ਮਿੰਟ ਲੱਗਦੇ ਆ 40 ਮਿੰਟ ਬਰਾਊਨ ਵਾਲੇ ਨੂੰ ਰੈਸਪੀ ਦੇ ਦਿੰਦੀ ਆ ਬਰਾਊਨ ਵਾਲੇ ਨੂੰ 40 ਮਿੰਟ ਲੱਗਦੇ ਓਕੇ ਰਾਈਟ ਸੋ ਜਦੋਂ ਗੋਪੀ ਕਹਿੰਦੇ ਆ ਸਮ ਬੈਨੀਫਿਟਸ ਲਿਵਿੰਗ ਇਨ ਅ ਜੁਆਇੰਟ ਫੈਮਿਲੀ ਇਵਨ ਇਵਨ ਦ ਗਰਲਸ ਮਸਟ ਐਡਮਿਟ ਦੈਟ ਲੇਕਿਨ ਕੁੜੀਆਂ ਨੂੰ ਬਾਅਦ ਪਤਾ ਲੱਗਦਾ ਜਦੋਂ ਅੱਡ ਹੋ ਜਾਂਦੇ ਆ ਬਟ ਦੇਰ ਇਜ਼ ਦਿਸ ਸਟਿਗਮਾ ਅਟੈਚਡ ਹੈਨਾ ਔਰ ਦਿਸ ਮੇ ਬੀ ਸ਼ਾਇਦ ਅਸੰਪਸ਼ਨ ਆ ਗੱਲ 'ਚ ਕਿ ਜਿਹੜੇ ਮੁੰਡੇ ਆ ਉਹ ਕਿ ਕੁੜੀਆਂ ਜਿੱਦਾਂ ਮੁੰਡੇ ਹਮੇਸ਼ਾ ਕਹੋਗੇ ਕਿ ਯਾਰ ਕੁੜੀਆਂ ਮੰਨਦੀਆਂ ਨਹੀਂ ਪੇਰੈਂਟਸ ਨਾਲ ਰਹਿਣ ਨੂੰ ਐਂਡ ਕਈ ਕੁੜੀਆਂ ਵੀ ਦੇਖੀਆਂ ਕਿ ਨਹੀਂ ਉਹ ਮੰਨਦੀਆਂ ਜਾਂ ਕੁਛ ਕੁੜੀਆਂ ਕਹਿੰਦੀ ਕਿ ਅਸੀਂ ਜੀ ਵੱਧ ਤੋਂ ਵੱਧ 6 ਹਫ਼ਤੇ ਰਹਿ ਲੂੰਗੀਆਂ ਜਾਂ 4 ਹਫ਼ਤੇ ਰਹਿ ਲੂੰਗੀਆਂ ਹਾਂਜੀ ਹਾਂਜੀ Is that, are the girls acting too rashly or do you think, it, is that, or is that being too independent or is it them just thinking we just want our freedom? No, ek minute, hone jo gaddi tusi khareedi hai, right? Gaddi vich koi nokshi hai nahi te phir theek ka to karwani hai. Ke agar tusi, if you move into a house and sab kuch theek baat chal raha hai, you know, you're happy with the in-laws, te phir eh ki agar tusi pehli mindset karke aa gaye ho, ke main ta reh nahi, te thodi maa vi pichho keh rahi hai, tu kuri eh gall sun la 6 mahine rehna. ਤੇ ਫਿਰ ਤੂੰ ਅੱਡ ਹੋ ਜੀ ਆਦਾ ਅੱਡ ਹੋ ਜੀ ਅਗਰ ਤੂੰ 6 ਮਹੀਨੇ ਚ ਅੱਡ ਨਾ ਹੋਈ ਤੇ ਮੈਂ ਕਿਹਾ ਮਾਂ ਕਿਉਂ ਕਹਿ ਰਹੀ ਮਾਂ ਕਹਿੰਦੀ ਉਹ ਮਾਂ ਸ਼ਾਇਦ ਤਾਂ ਕਹਿ ਰਹੀ ਆ ਕਿ ਉਹਨੂੰ ਪਤਾ ਕਿ ਸ਼ਾਇਦ ਮੈਂ ਮੇਰੀ ਜੋ ਤਕਲੀਫ ਮੈਨੂੰ ਹੋਈ ਮੇਰੀ ਧੀ ਨੂੰ ਹਾਂ ਨਹੀਂ ਉਹ ਸਟਾਰ ਪਲੱਸ ਦੇਖ ਕੇ ਕਹਿ ਰਹੀ ਆ ਇੱਕ ਸਟਾਰ ਪਲੱਸ ਦੇਖ ਦੇਖ ਕੇ ਉਹ ਕਹਿ ਰਹੀ ਆ ਕਹਿੰਦੀ ਉਹ ਦੇਖ ਉਹ ਦੇਖ ਉਹਦੇ ਨਾਲ ਬਚਾਈ ਨਾ ਪ੍ਰਤੀਗਿਆ ਨਾਲ ਕੀ ਹੋਇਆ ਪ੍ਰਤੀਗਿਆ ਨਾਲ ਕੀ ਹੋਇਆ ਦੇਖ ਉਹਨੇ ਨਾ ਇਦਾਂ ਆਈ ਡੋਨਟ ਥਿੰਕ ਸੋਚ ਕੇ ਤਾਂ ਬੰਦੇ ਨੂੰ ਇਦਾਂ ਆਉਣੇ ਚਾਹੀਦੇ ਖੁੱਲੇ ਦਿਮਾਗ ਨਾਲ ਆਓ ਖੁੱਲੀ ਸੋਚ ਨਾਲ ਆਓ ਕਿ ਜਿੱਦਾਂ ਹਾਊ ਥਿੰਗਸ ਗੋ ਮੈਂ ਦੇਖਦੀ ਹਾਂ ਅਗਰ ਵਧੀਆ ਲੱਗਿਆ ਤੇ ਸਭ ਕੁਝ ਠੀਕ ਹੋ ਰਿਹਾ ਮੇਰੀ ਮਦਰ ਇਨ ਲੋ ਨਾਲ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਤੇ ਉਹ ਲੋੜ ਕੀ ਹੈ ਫਿਰ ਗੱਡੀ ਨੂੰ ਠੀਕ ਕਰਨ ਆਰ ਡੂ ਇਨ ਲੋਸ ਔਰ ਡੂ ਯੂ ਥਿੰਕ ਅ ਲੋਟ ਆਫ ਗਰਲਸ ਡੋਨਟ ਰੀਲੀ ਵਾਂਟ ਟੂ ਸਟੇ ਵਿਦ ਇਨ ਲੋਸ ਪਰਸਨਲੀ ਆਈ ਹੈਵ ਆਲਵੇਸ ਸੈਡ ਦੈਟ ਆਈ ਵੁਡਨਟ ਮਾਈਂਡ ਰਾਈਟ ਯੂ ਵੁਡਨਟ ਮਾਈਂਡ ਆਈ ਵੁਡਨਟ ਮਾਈਂਡ ਰਾਈਟ ਬਟ ਆਈ ਨੋ ਗਰਲਸ ਦੈਟ ਆਰ ਸੇਇੰਗ I don't want to, but that's not because... But why don't some girls want to, from your, what you know, from your mainly friends? Mainly because, exactly what you said, a stereotype attached hogi, okay, you know, when you live with your mother-in-law, prospective mother-in-law, ਉਹਨੇ ਟੋਕਾ ਟਾਕੀ ਕਰਨਾ ਆ ਕਿ ਨਾ ਕੁੜੀ ਆ ਨਹੀਂ ਕਰਦੀ ਕੁੜੀ ਉਹ ਨਹੀਂ ਕਰਦੀ ਕੁੜੀ ਆ ਕਰਦੀ ਆ ਪਰ ਚੱਜ ਦਾ ਨਹੀਂ ਨਾ ਪਿਆਰ ਦੇ ਨਾਲ ਨੋਕਸੀ ਗੱਡੀ ਆਣੇ ਤੇ ਆ ਤੂੰ ਬ੍ਰਿਲੋ ਸਵਾਰ ਕੇ ਨਹੀਂ ਫੇਰੀ ਕੱਸ ਕੇ ਆਰੇ ਮੈਲ ਜੀ ਰਹਿ ਗਈ ਆ ਕੱਪੜੇ ਤੇ ਯੂ نو ਦ ਵਰਸਟ ਥਿੰਗ ਇਜ਼ ਵੈਨ ਯੂ نو ਦ ਓਲਡ ਜਨਰੇਸ਼ਨ ਆਰ ਸੋ ਵੈਰੀ ਹੈਡ ਸਟਰੋਂਗ ਐਂਡ ਸਟਕ ਇਨ देयर ਵੇਜ਼ ਦੈਟ ਉਹਦੇ ਸਾਹਮਣੇ ਦੇ देयर ਟ੍ਰੈਡੀਸ਼ਨਸ देयर ਮੋਰਲਸ ਦੈਟਸ ਵਾਟਸ ਰਾਈਟ ਯੂ ਹੈਵ ਟੂ ਐਸ ਯੂ ਕਮਿੰਗ ਇਨਟੂ ਦ ਫੈਮਿਲੀ ਤੁਹਾਨੂੰ ਅਡਾਪਟ ਹੋਣਾ ਚਾਹੀਦਾ ਹੈ ਟੂ ਦੇਅਰ ਤੁਹਾਨੂੰ ਵੀ ਟੂ ਦੇਅਰ ਕਾਈਂਡ ਆਫ ਯੂ نو reward and stuff like that and if Jay, you know, it's not good and it's not right, then problem pe jandi hai and that's when the daughter-in-law thinks I shouldn't have lived here. But mainu eh gall hi samajh aundi ki mera munda mere naal rahe par meri kuri jithe vyahi hai oh adi sas de naal na rahe. Eh kidda ho sakta ke mera munda mere naal rahe maa da laadla das haan oh naal rahe meri gaan nau vi mere naal rahe par jehdi meri kuri gaan vyahi hai oh adi sas de naal na rahe. ਇਹ ਕਿੱਦਾਂ ਯੂ ਕੈਨਟ ਡੂ ਦੈਟ ਨਹੀਂ ਸਾਡੇ ਪੰਜਾਬੀ ਡਬਲ ਸਟੈਂਡਰਡ ਹਾਂ ਡਬਲ ਸਟੈਂਡਰਡ ਡਬਲ ਸਟੈਂਡਰਡ ਅੱਛਾ ਤੂੰ ਮੈਨੂੰ ਆਹ ਦੱਸ ਹਾਂਜੀ ਜਿਹੜੀਆਂ ਹੁਣ ਇੱਥੇ ਆਈਆਂ ਸਾਡੀਆਂ ਮਾਵਾਂ ਆ ਜੀ ਇਹ ਜਦੋਂ ਆਈਆਂ ਨਵੀਆਂ ਨਵੀਆਂ ਵਿਆਹ ਕੇ ਆਈਆਂ ਰਾਈਟ ਇਹ ਤਾਂ ਆਪਣੀ ਸੱਸਾਂ 'ਚ ਰਹੇ ਨਹੀਂ ਕਿ ਇਹਨਾਂ ਦੀ ਸੱਸਾਂ ਤੋਂ ਪਿੱਛੇ ਰਹਿ ਗਈਆਂ ਇਹ ਇੱਥੇ ਆ ਕੇ ਨਾ ਕੋਈ ਟੋਕਾ ਟਾਕੀ ਠੀਕ ਹੈ ਹਸਬੈਂਡ ਤੋਂ ਮਾੜੇ ਮੋਟੇ ਜੋ ਹੁੰਦਾ ਹੇਠ ਹੁੰਦਾ ਸੈਰ ਕਦੇ ਕਦੇ ਸ਼ਤਰੌੜ ਵੀ ਫਿਰਿਆ ਹੋਊਗਾ ਤਾਂ ਸੀਰੀਅਸ ਟੋਪਿਕ ਪਰ ਉਸ ਟਾਈਮ ਵਿੱਚ ਫਿਰਦਾ ਸੀਗਾ ਬਟ ਮੇਨਲੀ ਇਹਨਾਂ ਦੀ ਚੱਲੀ ਆ ਖੁੱਲੀ ਚੱਲੀ ਆ
ਖੁੱਲੀ ਚੱਲੀ ਆ ਤਾਂ ਹੀ ਤਾਂ ਇਹਨਾਂ ਨੇ ਆਪਣੀਆਂ ਚਲਾਈਆਂ ਇਹਨਾਂ ਦੇ ਉੱਤੇ ਕੋਈ ਚਲਾਉਣ ਵਾਲਾ ਨਹੀਂ ਸੀਗਾ ਐਂਡ ਅ ਲੋਟ ਆਫ ਦਮ ਬੱਚੇ ਉਹਨਾਂ ਦੇ ਕਾਬੂ ਆ ਸਦਾ ਹੀ ਥਿੰਕ ਦੇ ਸੈਟ ਇਨ ਦੇ ਵਾਈਜ਼ ਕਿ ਹੁਣ ਸਾਡੀ ਹੀ ਚੱਲਣੀ ਆ ਕਿਉਂਕਿ ਇਹਨਾਂ ਨੇ ਖੁਦ ਨਹੀਂ ਦੇਖਿਆ ਕਈ ਜਿਹੜੀਆਂ ਹੁਣ ਅੱਜ ਕੱਲ੍ਹ ਜਿਹੜੀਆਂ ਜਿਹੜੇ ਸਮਝਦਾਰ ਮਾਪੇ ਆ ਨਾ ਉਹ ਤਾਂ ਕਹਿੰਦੇ ਹੁੰਦੇ ਪੁੱਤ ਧੀ ਜਿੱਦਾਂ ਤੁਸੀਂ ਕਰਨੀ ਆ ਆਪਸ ਵਿੱਚ ਸਲਾਹ ਕਰਕੇ ਕਰ ਲਓ ਉਹ ਕਿਸੇ ਨੂੰ ਮਜਬੂਰ ਨਹੀਂ ਕਰਦੇ ਕਿ ਉਹਦੇ ਨਾਲ ਰਹਿਣ ਪਰ ਅੰਦਰੋਂ ਗਤੀ ਮੈਂ ਤੁਹਾਨੂੰ ਫੀਲਿੰਗ ਦੱਸਦਾ ਅਬਾਊਟ 70-80% ਇਹ ਗੱਲ ਹੁਣ ਜਿਹਨਾਂ ਦੇ ਨਾਲ ਵੀ ਨਹੀਂ ਬੱਚੇ ਰਹਿੰਦੇ ਉਹ ਵੀ ਇਸ ਗੱਲ ਨੂੰ ਤੁਸੀਂ ਜੇ ਆਪਣੇ ਆਪ ਨਾਲ ਸੱਚ ਬੋਲੋ ਤਾਂ ਹੀ ਅਸੀਂ ਪ੍ਰੋਬਲਮ ਦਾ ਹੱਲ ਸਕਦੇ ਤੁਸੀਂ ਵੀ ਕਦੇ ਨਾ ਕਦੇ ਚਾਹੁੰਦੇ ਹੀ ਹੋਵੋਗੇ ਕਿ ਸਾਡਾ ਪੁੱਤ ਸਾਡੇ ਨਾਲ ਰਹੇ ਇਹ ਤੁਹਾਡਾ ਕਸੂਰ ਨਹੀਂ ਇਟਸ ਨੋਟ ਦੇ ਫੋਲਟ ਇਟਸ ਨੋਟ ਦੇ ਫੋਲਟ ਇਟਸ ਬਿਕੋਜ਼ ਸਾਡੇ ਖਾਨਦਾਨਾਂ ਵਿੱਚ ਪਿਛਲੇ 100 ਜਨਰੇਸ਼ਨਾਂ ਦੀ ਇਹ ਚੀਜ਼ ਹੋ ਰਹੀ ਹੋਈ ਆ ਰਹੀ ਆ ਤੇ ਸਾਰੇ ਚਾਹੁੰਦੇ ਆ ਕਿਉਂਕਿ ਸਾਡੇ ਜੋ ਪੰਜਾਬੀ ਕਲਚਰ ਵਿੱਚ ਕਿ ਧੀਆਂ ਬਗਾਨਾ ਧਾਨਿਆ ਕਿ ਉਹਨਾਂ ਆਪਣੇ ਘਰ ਚਲ ਜਾਣਾ ਰਾਈਟ ਜਿਹੜੇ ਪੁੱਤ ਆ ਉਹਨਾਂ ਨੇ ਸਾਡੇ ਕੋਲ ਰਹਿਣਾ ਕਿਸੇ ਦੀ ਧੀ ਸਾਡੇ ਕੋਲ ਆਉਣੀ ਨਾ ਹੁਣ ਸਾਨੂੰ ਗੱਲ ਇਹ ਸਮਝਣੀ ਪੈਣੀ ਆ ਕਿ ਜੇ ਤੁਸੀਂ ਕਿਸੇ ਦੀ ਧੀ ਰੱਖਣੀ ਆ ਤਾਂ ਉਹਨੂੰ ਆਪ ਰੱਖੋ ਵੀ ਧੀ ਅੰਗ ਨਾ ਕਿ ਨੌਕਰਾਨੀ ਅੰਗ ਨਾ ਕਿ ਨੌ ਅੰਗ ਜਾਂ ਜੋ ਫਰਕ ਤੁਸੀਂ ਪਾਉਂਦੇ ਹਾਂ ਪਿਆਰ ਨਾਲ ਜਿੱਦਾਂ ਅਗਲੀ ਆਪਣੇ ਘਰ ਪਲ ਲਈ ਹੈ ਅਗਲੀ ਵੀ ਚਾਹੁੰਦੀ ਹੈ ਕਿ ਮੈਂ ਉਸੇ ਹਿਸਾਬ ਨਾਲ ਆਪਣੇ ਘਰ ਭਾਜੀ ਵੀ ਗੱਲਾਂ ਕਈ ਵਾਰ ਸੁਣੀ ਦੀਆਂ ਜਿਹੜੀਆਂ ਨੋਹਾਂ ਹੁੰਦੀਆਂ ਜਿਹੜੀਆਂ ਬੈਡਰੂਮ ਚੋਂ ਨਿਕਲਦੀ ਨਹੀਂ ਥੱਲੇ ਨਹੀਂ ਆਉਂਦੀਆਂ ਯੂ ਨੋ ਦੇ ਡੋਨਟ ਵਾਂਟ ਟੂ ਉਹ ਦੇ ਡੋਨਟ ਇਵਨ ਵਾਂਟ ਟੂ ਟ੍ਰਾਈ ਐਂਡ ਕਮਿਊਨੀਕੇਟ ਵਿਦ ਦੇ ਮਦਰ ਨੋਸ ਉਹ ਚਾਹੁੰਦੀਆਂ ਨਹੀਂ ਕਿ ਅਸੀਂ ਕਿ ਆਪੇ ਮੇਰੇ ਮੁੰਡੇ ਨੂੰ ਆਪੇ ਮੇਰੇ ਹਸਬੰਡ ਨੂੰ ਕਹਿ ਦੂਗੀ ਕਿ ਤੂੰ ਅੱਡ ਹੋ ਜਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤੁਸੀਂ ਲਾਫ ਕਰਨਾ ਸਟੋਰੀ 'ਤੇ ਪਰ ਸੁਣ ਸ਼ੁਕਰ ਮੇਲਾ ਵਿਚਾਈ ਦਾ ਮੇਰਾ ਫਰੈਂਡ ਸੀ ਉਹਦਾ ਵਿਆਹ ਹੋਇਆ ਹੈ ਨਾ ਕਹਿੰਦਾ ਹਰਜਾਪ ਅਸੀਂ ਜਦੋਂ ਉੱਤੇ ਚੱਲ ਜਾਇਆ ਕਰੀਏ ਹੈ ਨਾ ਕਹਿੰਦਾ 2 ਮਿੰਟਾਂ ਬਾਅਦ ਮੇਰੀ ਮੰਮੀ ਹਾਕ ਮਾਰ ਦਿਆ ਕਰੇ ਕਿ ਆਹ ਤੁਸੀਂ ਕੀ ਕਰਦੇ ਆ ਕਿੱਦਾਂ ਤੁਸੀਂ ਠੀਕ ਆ ਕਹਿੰਦਾ ਖੇਚ ਆ ਕੇ ਮੈਂ ਇੰਨਾ ਆਕਿਆ ਨਾ ਕਿ ਮੈਂ ਕਿਹਾ ਮੰਮੀ ਮੈਂ ਕੀ ਕਰਦਾ ਜੋ ਤੂੰ ਤਾਂ ਡੈਡੀ ਕਰਦੇ ਹੁੰਦੇ ਸੀ ਉਹੀ ਮੈਂ ਕਰਦਾ ਤੂੰ ਹੁਣ ਚੁੱਪ ਵੀ ਕਰੂਗੀ ਨਹੀਂ ਕਹਿੰਦਾ ਫਿਰ ਐਸ ਚੀਜ਼ ਤੋਂ ਮੈਨੂੰ ਉਹੀ ਮਾੜੀ ਜਿਹੀ ਗੱਲ ਤੋਂ ਹੈ ਨਾ ਉਹ ਤਾਂ ਵਿਚਾਰੀ ਪਤਾ ਨਹੀਂ ਮੰਮੀ ਨੇ ਮੈਂ ਵੀ ਸੈਡ ਇਹਨੇ ਨਸਲ ਸਰ ਚਲੋ ਸ਼ੁਕਰ ਪਰ ਗੱਲ ਮਾੜੀ ਜਿਹੀ ਗੱਲ ਤੋਂ ਫਿਰ ਬੋਟੀ ਮਿਹਨਤ ਕਰਨ ਲੱਗੀ ਦੇਖ ਤੇਰੀ ਮੰਮੀ ਟੋਕਾ ਟਾਕੀ ਦਿੰਦੀ ਸਾਨੂੰ ਟਾਈਮ ਨਹੀਂ ਦਿੰਦੀ ਗਿਵ ਅਸ ਟਾਈਮ ਟੂ ਅਰਸੈਲਫ ਭਾਜੀ ਕਿ ਬਹੁਤ ਜ਼ਰੂਰੀ ਹੈ ਕਿ ਜੋੜੇ ਨੂੰ ਨਵੇਂ ਵਿਆਹ ਨੂੰ ਕੁਛ ਆਪਣਾ ਟਾਈਮ ਹੋਵੇ ਭਾਜੀ ਇਹ ਗੱਲ ਹੁਣ ਤੁਸੀਂ ਜਿਹੜੀ ਕੀਤੀ ਹੈ ਤੇਰੀ ਮੰਮੀ ਰਾਈਟ ਹੁਣ ਜਦੋਂ ਕਿਰਨ ਨੇ ਕਿਹਾ ਕਿ ਯੂ ਹੈਵ ਟੂ ਐਕਸੈਪਟ ਐਸ ਯੋਰ ਮਮ ਅਗਰ ਉਹ ਕੁੜੀ ਫਿਰ ਕਹੀ ਜਾਂਦੀ ਤੇਰੀ ਮੰਮੀ ਤੇਰੀ ਮੰਮੀ ਫਿਰ ਉਹਨੇ ਤਾਂ ਕਦੀ ਐਕਸੈਪਟ ਕੀਤੇ ਨਹੀਂ ਮੰਮੀ ਨੂੰ ਸਾਡੀ ਆਪਣੀ ਮੰਮੀ ਮੰਮੀ ਅੱਜ ਕਹਿੰਦੀ ਸੀ ਅਗਰ ਕਹੀ ਜਾਵੇ ਤੇਰੀ ਮੰਮੀ ਤੇਰੀ ਮੰਮੀ ਤੇਰੀ ਮੰਮੀ ਮੁੰਡੇ ਨੇ ਵੀ ਕਹਿਣਾ ਤੇਰੀ ਮਾਂ ਉਹ ਵੀ ਇੱਦਾਂ ਕਰਦੀ ਉਹ ਵੀ ਇੱਦਾਂ ਦੱਸ ਬਿਕੋਜ਼ ਇਹ ਜਦੋਂ ਸੱਸਾਂ ਇਕੱਠੀਆਂ ਹੋ ਜਾਂਦੀਆਂ ਨਾ ਗੁਰਦੁਆਰੇ ਜਾਂ ਕਿਤੇ ਵੀ ਇਕੱਠੀਆਂ ਹੁੰਦੀਆਂ ਤਾਂ ਇਹ ਕਹਿੰਦੀਆਂ ਇਹ ਪਹਿਲਾਂ ਤਾਂ ਨੌਹਾਂ ਦੀਆਂ ਦੱਬ ਕੇ ਚੁਗਲੀਆਂ ਕਰਦੀਆਂ ਭੜਾਸ ਕੱਢਦੀਆਂ ਹੁਣ ਤੁਸੀਂ ਬਲੀਵ ਨਹੀਂ ਕਰਨੀ ਕੀ ਗੱਲ ਮੈਨੂੰ 4 ਸਾਲ ਹੋ ਗਏ ਐਮ ਏ ਟੀ ਵੀ 'ਤੇ ਸ਼ੋਅ ਕਰਦੇ ਨੂੰ 2007 ਤੋਂ ਪੰਜਵਾਂ ਹੋ ਜਾਣਾ ਮੈਨੂੰ ਅਕਤੂਬਰ 'ਚ ਮੈਨੂੰ ਅੱਜ ਤੱਕ ਕਿਸੇ ਨੇ ਚਿੱਠੀ ਨਹੀਂ ਪਾਈ ਚਿੱਠੀ ਕਦੇ ਨਹੀਂ ਪਾਈ ਇਮੀਗ੍ਰੇਸ਼ਨ ਦੇ ਦੇਖੋ ਕਿੰਨੇ ਸਵਾਲ ਹੈ ਸਾਰੇ ਮੇਰੇ ਦੇਖਣ ਵਾਲੇ ਪੰਜਾਬੀ ਆ ਸਾਰੇ ਦੁਖੀ ਆ ਇਸ ਟੋਪਿਕ ਨੇ ਇੱਦਾਂ ਲੋਕਾਂ ਦੀ ਦਿਲਾਂ ਦੀ ਤਾਰਾਂ ਨੂੰ ਛੇੜਿਆ ਪਹਿਲਾਂ ਤਾਂ ਤੁਹਾਨੂੰ ਵਧਾਈ ਦੇ ਦਈਏ ਥੈਂਕ ਯੂ ਯੂ ਯੋਰ ਟੋਪਿਕ ਦੈਟ ਯੂਜ਼ ਦਾ ਬਰੋ ਔਨ ਟੂ ਦ ਟੀਵੀ ਦੈਟ ਵੀ ਹੈਵ ਡਨ ਹੈਜ਼ ਇਨਵੋਕਡ ਸੱਚ ਅ ਰਿਐਕਸ਼ਨ ਕਿ ਆਹ ਦੇਖੋ ਜੀ ਪਹਿਲੀ ਵਾਰੀ ਹਰਜਾਪ ਭੰਗਲ ਨੂੰ ਦਫ਼ਤਰ 'ਤੇ ਨਹੀਂ ਚਿੱਠੀ ਆਈ ਆਹ ਦੇਖੋ ਪੰਜਾਬੀ 'ਚ ਚਿੱਠੀ ਆਈ ਆਹ ਦੇਖੋ ਜੀ ਪੂਰੀ ਪੰਜਾਬੀ ਚਿੱਠੀ ਆਈ ਉਹ ਵੀ 3 ਪੇਜ ਦੀ ਕਿ ਹਰਜਾਪ ਭੰਗਲ ਤਾਂ ਇਮੀਗ੍ਰੇਸ਼ਨ ਵਾਲੇ ਸਾਰੇ ਫੌਜੀ ਫੌਜੀਆਂ ਨੇ ਦਿਮਾਗ ਖਾਦਾ ਪਿਆ ਕਿਸੇ ਨੇ ਆਪਣੀ ਭੜਾਸ ਕੱਢੀ ਦਿਲ ਦੀ ਕਿ ਹਰਜਾਪ ਤੁਹਾਡੇ ਟੋਪਿਕ 'ਤੇ ਇਹ ਵੀ ਮੈਂ ਪੜ੍ਹੂੰਗਾ ਕਿਸੇ ਅੱਗੇ ਫਿਊਚਰ 'ਚ ਕਿ ਇਹਨਾਂ ਦੀ ਚਿੱਠੀ 'ਚ ਕੀ ਵਿਚਾਰ ਆ ਕਿਉਂਕਿ ਇਹ ਮੈਨੂੰ 40 ਮਿੰਟ ਤਾਂ ਲੱਗ ਗਏ ਨੇ ਮੈਨੂੰ ਪੜ੍ਹਨ ਲਈ ਪੰਜਾਬੀ ਪਰ ਤੁਹਾਨੂੰ ਵਧਾਈ ਦਿੰਦਾ ਇਸ ਗੱਲ ਨੂੰ ਕਿ ਲੋਕ ਇੰਨੇ ਦੁਖੀ ਆ ਇਸ ਟੋਪਿਕ 'ਤੇ ਉਨੀ ਇਮੀਗ੍ਰੇਸ਼ਨ ਬਾਰੇ ਨਹੀਂ ਇੰਨੇ ਲੋਕ ਦੁਖੀ ਜਿਹਨੇ ਨਿਆਣੇ ਨੇ ਦੁਖੀ ਕੀਤੇ ਤਾਂ ਵਿਆਹ ਦੇ ਟੋਪਿਕ ਬਹੁਤ ਇੰਪੋਰਟੈਂਟ ਹੀ ਆ ਕਿਰਨ ਸਾਡੇ ਜ਼ਮਾਨੇ ਵਿੱਚ ਇਨ ਆਵਰ ਜਨਰੇਸ਼ਨ ਇਟ ਇਜ਼ ਡਿਫਿਕਲਟ ਟੂ ਫਾਈਂਡ ਸਮਬਡੀ ਯੂ ਨੋ ਮੁੰਡੇ ਵੀ ਸੋਚਦੇ ਹੈਗੇ ਯੂ ਨੋ ਵੇਅਰ ਡੂ ਵੀ ਗੋ ਟੂ ਫਾਈਂਡ ਅ ਰਾਈਟ ਗਰਲ ਕੁੜੀਆਂ ਵੀ ਸੋਚਦੇ ਹੈਗੇ ਨਾ ਸਾਨੂੰ ਨਹੀਂ ਕੋਈ ਪਸੰਦ ਆਉਂਦਾ ਬਿਕੋਜ਼ ਵੀ ਡੋਨਟ ਲੁੱਕ ਲਾਈਕ ਦਿਸ ਬਿਕੋਜ਼ ਦੇਰ ਆਰ ਸੋ ਮਨੀ ਮਾਡਲਸ ਆਊਟ ਦੇਅਰ ਐਂਡ ਵੀ ਡੋਨਟ ਲੁੱਕ ਲਾਈਕ ਦੈਟ ਸਾਨੂੰ ਕੋਣ ਪਸੰਦ ਕਰਦਾ ਨਹੀਂ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੁਣ ਜਿਹੜੀ ਮਾਡਲ ਆ ਬਿਆਬ ਪਾਸ਼ਾ ਵਾਸੂ ਪ੍ਰਿਯੰਕਾ ਦੀ ਗੱਲ ਕਰਦੇ ਸੀ ਉਹਨਾਂ ਤੇ ਲਈ ਪਰੌਠੇ ਨਹੀਂ ਬਣਾਉਣੇ ਸਵੇਰ ਨੂੰ ਬਹਿ ਕੇ ਅਗਲੀਆਂ ਨੇ ਪਤਾ ਨਹੀਂ ਕਿਹਾ ਉਹਨਾਂ ਨੇ ਆਪ ਕਦੇ ਰੋਟੀ ਬਣਾਈ ਵੀ ਹੋਊਗੀ ਜਾਂ ਨਾ ਵੀ ਹੋਊਗੀ ਆਪੇ ਲੋਕ ਆਪ ਡਾਇਟ ਤੇ ਆ ਨਹੀਂ ਲੋਕ ਆਪ ਡਾਇਟ ਇਹਨੂੰ ਤਾਂ ਸੂਤ ਇਹਦਾ ਪਹਿਲਾਂ ਹੀ ਚੌਲ ਖਾਂਦਾ ਬਰਾਉਨੀ ਪਰ ਇਹ ਦੂਜੇ ਪਾਸੇ ਵੀ ਗੱਲ ਉਹਦੀ ਹੋ ਜਿਹੜੀ ਕੁੜੀਆਂ ਦੀ ਵੀ ਰਿਕੁਆਇਰਮੈਂਟਸ ਹੈਗੀ ਉਹ ਵੀ ਸਲਮਾਨ ਖਾਨ ਲੱਭਦੀ ਹੈ ਰਿਤਿਕ ਰੋਸ਼ਨ ਲੱਭਦੀ ਹੈ ਸਿਕਸ ਪੈਕਸ ਹੋਣ ਇਦਾਂ ਹੋਣ ਸੀ ਦੱਸ ਬਟ ਦੈਟ ਇਜ਼ ਦੋਨੋਂ ਪਾਸੋਂ ਗੱਲ ਜਿਹੜੇ ਕੋ ਵਿਚਾਰਾ ਫੈਮਿਲੀ ਪੈਕ ਆ ਸਾਡੇ ਅੰਦਰ ਉਹ ਕੀ ਕਰੂ ਸਿਕਸ ਪੈਕ ਭਾਲਦੀਆਂ ਤੁਸੀਂ ਸੀ ਦਿਸ ਇਜ਼ ਕੀ ਕਰੇ ਬੰਦਾ ਦਿਸ ਇਜ਼ ਅਨਦਰ ਥਿੰਗ ਆਈ ਥਿੰਕ ਮੁੰਡੇ ਡੂ ਨੀਡ ਟੂ ਅੰਡਰਸਟੈਂਡ ਐਂਡ ਆਈ ਡੋਨਟ ਥਿੰਕ ਇਟਸ ਜਸਟ ਮੈਨ ਸੋਸਾਇਟੀ ਸਾਰੀ ਯੂ ਨੋ ਦੇ ਡੂ ਨੀਡ ਟੂ ਅੰਡਰਸਟੈਂਡ ਦੈਟ ਆ ਵੁਮਨ ਪਤਲੀ ਹੋ ਸਕਦੀ ਆ 1 ਮਿੰਟ 2010 ਰਾਈਟ 2011 ਕੁਝ ਹੋ ਜੋ
She might get put on a bit of weight. Oh, do bache ho gaye, saath nahi kare. It's very hard to lose the weight. What, you're going to stop loving her? Ani Punjabana de te sukh na agge vi hadd pair khunde vebal nahi. You know, tusi sara din beer boor pee ke aur ted vi ho janda ya, you know, the woman still accepts you, but you know, what's the indifference? We can't stereotype and say everybody thinks like that. Main ta kehna ke kai lokan di oh sochde ne ke, you know, they want somebody look good looking. Munde vi sochde ne, kudiyan vi sochdi, oh kehndi sanu vi six pack chahide ne, kudiyan munde kehnde sanu vi kudi patli chahidi hai ke eh. Gopi, now we're coming to a thing which you said two weeks ago. Ek cheez to kahi sigi ki kudiyan ajkal chahundiyan ki munde ko car hove, car hove, achhi job hove. Ode bare explain kar apne comment wale, kyunki kaafi lokan ne we don't agree with Gopi. Nahi ki mera kehna matlab eh si ki not just kudiyan, right? Maa pyo vi sochde ne, kyunki main kai baar suneya, right? Mainu vi jidda ki koi aunty ne jab dassya ho ja jidda ki koi das paiya lae bhai oh kudiyan unna da car bhai bahut vadiya, bahut vadda vadda car unna da, tu to utte vyah kara la apne bande da kehndi hai. Pehla to eh nahi dassde ki munda kidda da ja kudi kidda di hai, lae do car ne, do tin car, ek free kita hoya, do vi thodi kist rehndi hai, thodi kist rehndi hai, inda di galla pata kitho lagdi hai, eh nahi pata hunda ki dassda thonu kaun hai. Aantiyan ko land ਸਿਰਫ ਕੁੜੀਆਂ ਲੱਭ ਰਹੀਆਂ, ਪਰ ਆਮ ਤੇ ਆਮ ਤੌਰ ਤੇ ਆਪਾਂ ਸੁਣੀਦਾ ਕਿ ਏਦਾਂ ਹੀ ਡਿਸਕ੍ਰਾਈਬ ਆਪਾਂ ਡਿਸਕ੍ਰਿਪਸ਼ਨ ਇਹਦਾ ਬਿਕੋਜ਼ ਅ ਲੋਟ ਆਫ ਕੁੜੀਆਂ ਨੂੰ ਮਾਪੇ ਦੱਸਦੇ ਧੀਏ ਮੁੰਡੇ ਦਾ ਘਰ ਚੰਗਾ ਹੋਵੇ, ਘਰ ਚੰਗਾ ਹੋਵੇ, ਚਲੋ ਅਸੀਂ ਸਾਡੀਆਂ ਗੱਲਾਂ ਤਾਂ ਮੁੱਕਣੀਆਂ ਨਹੀਂ, ਪਹਿਲਾਂ ਅਸੀਂ ਜਾਣਾ ਬ੍ਰੇਕ ਹਨ, ਫਿਰ ਘਰ ਚੰਗਾ ਜਾਂ ਮੰਦਾ ਬਾਰੇ ਗੱਲ ਕਰਾਂਗੇ, ਅਸੀਂ ਮਿਲਦੇ ਹਾਂ ਬ੍ਰੇਕ। ਮੈਂ ਤੁਹਾਡਾ ਹਰਜਾਪ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ, ਸਾਡੇ ਬੱਚਿਆਂ ਦੀਆਂ, ਸਾਡੇ ਬਾਹਰ ਰਹਿੰਦੇ NRI-ਆਂ ਦੀਆਂ, ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ। So let's talk with Harjap.